किसान अंदोलन अपडेट लैके मैं हाजिर हाँ। लगातार उन्होंने लोगों गल कर रहे हैं जोड़े ग्राउंड से रह के या कह लो कि धरने के कोल रह के दिल्ली रह के जोड़े ने वो सेवा कर रहे हैं। इस टाइम मेरे नाल ने यूनाइटेड सिख जी एन जी ओ है वो एक वॉलंटियर परमिंदर सिंह जी। परमिंदर जी थोड़ा स्वागत है। मेहरबानी जी, सत श्रीकाल जी। परमिंदर जी की पहली गल दसो कि हुण ग्राउंड उत्थे रियलिटी की है, किवें दा माहौल है उत्थे? अगर तुहानू माहौल दस्सां ते जिवें साडे सिख धर्म च कहिंदे बेगमपुरा जी शहर खाना जी, ते असीं लोग उत्थे सेवा करन जांदे आ ते साडा उत्थे दिल लग जांदा। उत्थे दा भाईचारा देख के उत्थे हर धर्म दा हर वर्ग दा बंदा जिहड़ा वा जी ओह अपने कोलों कोई अपने खीसे तों अपने बोझे चों कढ के एक दूजे नूं देण दी जिहड़ी इच्छा रख रहा वो बहुत वधिया लगदा जी देख के जी। एक तरह तुहानूं लगदा है कि वह पुराना पंजाब मुड़ सुरजीत हो गया उत्थे, क्योंकि असीं देखिया कि मलेरकोटले तो साडे जिहड़े मुस्लिम भाई सीगे ओह कल लंगर लैके आए ने, तुहानूं लग रहा है कि पुराना पंजाब सुरजीत हो रहा उत्थे? ओह पक्के ही साडे 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 स्टाल दे नाल ही साडा इंट्री करो ते खब्बे पासे साडा ते सज्जे पासे उहनां दा जी, ओह जिहनूं जरदा कहिंदे मिठे चौल बणा बणा के वंड रहे जी। तो तुहानूं लग रहा है कि हाँ जी लग रहा है कि यह पुराना पंजाब है, वह पंजाब जिथे हर धर्म की कदर सी, हर वो किते की कदर सी, जिथे हर वो इंसान की कदर सी, वो पंजाब है? हाँ जी बिल्कुल लगता जी, मतलब ये चीज जी सानू वाकई महसूस हुई है कि पंजाब एदां दा सी, हिंदुस्तान भी कह देंगे भी एदां दा ही होना चाहिए जिथे हर भाईचारा हर मतलब देखे नहीं जा रहा कौन जी। तू कौन है पता ही नहीं है एक दूजे के उत्ते गलो के भी निशावर होने वाली गल हो। अच्छा परमिंदर जी, सब तो ज्यादा जरूरत केड़ी चीज दी है इस टाइम जिवें तुसी सेवा कर रहे हो, तुहानू पता होना कि केड़ी चीज जिहड़ी है उन्हां बहुत ज्यादा जरूरी तरीके दे नाल चाहीदी है, केड़ी चीज है वो? देखो शुरू शुरू च जिहड़ा साडी टीम जिहड़ी है यूनाइटेड सिख दी टीम ते पंजाब तो ही उत्थे नाल ही सी, असीं गद्दे वगैरह पहले उन्हां नूं मुहैया कराए जिथे संधू बार्डर ते देखे सीगे होर जिहड़ी जगह ते ਸਾਡੀ ਟੀਮ ਨਾਲ ਹੀ ਸੀਗੀ ਬਟਾਲੇ ਗੁਰਦਾਸਪੁਰ ਜਿੱਥੇ ਜਿੱਥੇ ਵੀ ਮੈਂ ਵੀ ਉੱਥੇ ਜਾ ਕੇ ਫਿਰ ਸਰਵੇ ਕੀਤਾ ਸੀ ਤੇ ਨਾਲ ਹੀ ਸੀ ਜਿਹੜੀ ਜਿਹੜੀ ਚੀਜ਼ ਉੱਥੇ ਇੱਕ ਦਿਨ ਦੇ ਜਿਹੜਾ ਜਾਂ ਦੋ ਦਿਨ ਦਾ ਪ੍ਰੋਟੈਸਟ ਸੀਗਾ ਉਹ 'ਚ ਲੋੜ ਸੀ ਤੇ ਅਸੀਂ ਉਹ ਪਹੁੰਚਾਈ ਜੀ। ਇੱਥੇ ਵੀ ਨਾਲ ਸਾਡੀ ਵੈਨ ਇੱਕ ਐਂਬੂਲੈਂਸ ਵੈਨ ਲੈ ਕੇ ਨਾਲ ਅਸੀਂ ਚੱਲੇ ਸੀ ਕਿ ਰਸਤੇ 'ਚ ਕਿਸੇ ਨੂੰ ਸੱਟ ਪੇਟ ਲੱਗਦੀ ਹੈ ਤਾਂ ਉਹਦਾ ਇਲਾਜ ਕਰਦੇ ਆਏ ਹਾਂ ਜੀ। ਜਦੋਂ ਇਹ ਇੱਥੇ ਆ ਕੇ ਠਹਿਰੇ ਨੇ ਤਾਂ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਨੂੰ ਖਾਣ ਪੀਣ ਦੀ ਤੇ ਕਿਸੇ ਚੀਜ਼ ਦੀ ਇਹਨਾਂ ਨੂੰ ਕਮੀ ਨਹੀਂ ਹੈ, ਮਾਂ ਨੂੰ ਨਾਲ ਹੀ ਲੈ ਕੇ ਆਏ ਸੀ। ਪਰ ਜਦੋਂ ਅਸੀਂ ਨਵੀਂ ਜਗ੍ਹਾ ਤੇ ਰੁਕਦੇ ਹਾਂ ਤੇ ਮੇਰਾ ਖਿਆਲ ਕੁਛ ਇਹਨਾਂ ਨੂੰ ਜਿਹੜੀਆਂ ਸਵੇਰੇ ਇਸ਼ਨਾਨ ਕਰਨ ਦੀਆਂ ਪ੍ਰੋਬਲਮਾਂ ਤੇ ਥੋੜਾ ਜਿਹਾ ਇੱਧਰ ਉੱਧਰ ਸਵੇਰ ਦੀ ਕਿਰਿਆ ਵਾਸਤੇ ਪ੍ਰੋਬਲਮ ਆਈ ਹੋਏਗੀ, ਬਟ ਪੀਣ ਦੇ ਪਾਣੀ ਦੀ ਇਹਨਾਂ ਨੂੰ ਵਾਹਵਾ ਪ੍ਰੋਬਲਮ ਨਹੀਂ। ਅਸੀਂ ਫਿਰ ਪਹਿਲੇ ਦਿਨ ਅਸੀਂ ਲੰਗਰ ਹੀ ਲੈ ਕੇ ਗਏ ਸੀ ਪਰ ਉੱਥੇ ਲੋੜ ਨਹੀਂ ਜੀ, ਫਿਰ ਦਵਾਈਆਂ ਦੀ ਲੋੜ ਸੀ ਕਿਉਂਕਿ ਕਈ ਲੋਕਾਂ ਦੇ ਜਿਹੜੀ ਕਿਸੇ ਦਾ ਗੋਡਾ ਪੀੜ ਹੈ, ਲੱਤ ਪੀੜ ਹੈ, ਢਿੱਡ ਪੀੜ ਹੈ, ਸਿਰ ਪੀੜ ਹੈ, ਜ਼ੁਕਾਮ ਹੈ, ਖਾਂਸੀ ਹੈ, ਏਦਾਂ ਸੀਗਾ। ਤੇ ਉਹ ਅਸੀਂ ਉਸੀ ਦਿਨ ਤੋਂ ਹੀ ਸਾਡਾ ਕੈਂਪ ਜਿਹੜਾ ਦਿਨ ਦਿਨ ਵੱਡਾ ਹੁੰਦਾ ਗਿਆ ਦਵਾਈ ਦਾ, ਇੱਕ ਡਾਕਟਰ ਸੀ ਫਿਰ ਦੋ ਤਿੰਨ ਹੋਏ ਆ, ਕੱਲ ਤੱਕ ਚਾਰ ਚਾਰ ਡਾਕਟਰ ਲੈ ਕੇ ਅਸੀਂ ਰੈਗੂਲਰ ਸਾਡੇ ਲਾਈਨ ਹੀ ਲੱਗੀ ਰਹਿੰਦੀ ਹੈ, 250-300 ਬੰਦਾ ਡੇਲੀ ਦਵਾਈ ਲੈਂਦਾ ਜੀ। ਅੱਛਾ ਨਾਲ ਸਾਡਾ ਪਾਣੀ ਦਾ ਸਟਾਲ ਲੱਗਿਆ ਹੋਇਆ ਜੀ, ਬਿਲਕੁਲ ਪਾਣੀ ਦਾ ਸਟਾਲ ਹੈ ਜਿਹੜਾ ਪੀਣ ਵਾਲਾ ਪਾਣੀ ਆ, ਮੇਰਾ ਖਿਆਲ ਇੱਕ ਦਿਨ ਚ ਪੂਰਾ ਇੱਕ ਟਰੱਕ ਜਿਹੜਾ ਵਾ ਟੈਂਪੂ ਵੱਡਾ ਉਹ ਪੂਰਾ ਗਲਾਸਾਂ ਵਾਲਾ ਖਤਮ ਹੋ ਜਾਂਦਾ ਕਿਉਂਕਿ ਪੀ ਪੀ ਕੇ ਜਾ ਰਹੇ ਨੇ, ਨਾਲ ਤਾਂ ਕੁਛ ਲੋਕ ਸ਼ਾਮ ਨੂੰ ਲੈ ਜਾਂਦੇ ਨੇ ਬੋਤਲਾਂ ਜੀ। ਤੇ ਪਾਣੀ ਦੀ ਸੀ ਤੇ ਹੋਰ ਫਿਰ ਤੁਹਾਡੀਆਂ ਇਨਸੈਂਸਲ ਜਿਹੜੀਆਂ ਤੁਹਾਡੀਆਂ ਕੋਲਗੇਟ ਬਰੱਸ਼ ਤੇਲ ਸ਼ੈਂਪੂ ਇਹ ਹੁਣ ਲੋੜ ਪੈਣੀ ਸ਼ੁਰੂ ਹੋ ਗਈ ਜੀ, ਉਹ ਵੀ ਅਸੀਂ ਸਾਰੀ ਰੱਖੀ ਹੈ, ਜਿੱਦਾਂ ਜਿਹੜਾ ਆਉਂਦਾ ਚੱਕ ਚੱਕ ਕੇ ਡੱਬਿਆਂ ਚੋਂ ਆਪੇ ਲਈ ਜਾਂਦਾ, ਅਸੀਂ ਆਪਣਾ ਲੰਮਾ ਸਟਾਲ ਕਰ ਦਿੱਤਾ ਜੀ। ਤੇ ਕੱਲ ਜਿਵੇਂ ਕੰਬਲਾਂ ਦੀ ਸੇਵਾ ਕੀਤੀ ਹੈ ਕੰਬਲ ਵੀ ਲਾਈਨ ਲਾ ਕੇ ਪੂਰਾ ਉਹਨਾਂ ਨੇ ਲਏ ਨੇ ਜੀ। ਅੱਛਾ ਇਹ ਫਿਰ ਤੁਹਾਡੇ ਕਿੰਨੇ ਜੀ ਬਾਕੀ ਮੈਨੂੰ ਮੈਂ ਮੋਟਾ ਮੋਟਾ ਕਹਾਂ ਕਿ ਉੱਥੇ ਲੋੜ ਕਿਸੇ ਵੀ ਚੀਜ਼ ਦੀ ਨਹੀਂ ਹੈ ਜੀ, ਮਹਾਰਾਜ ਦੀ ਕਿਰਪਾ ਜਿੱਦਾਂ ਵੀ ਮੂੰਹ ਕਰੋ ਦੁਗਣੀਆਂ ਤਿਗਣੀਆਂ ਚੀਜ਼ਾਂ ਬਹੁਤ ਸੇਵਾਦਾਰ ਲੱਗਦੇ ਹੋਏ ਜੀ। ਨਹੀਂ ਚਲੋ ਉਹ ਤਾਂ ਸਾਡੇ ਭਾਈਚਾਰੇ ਦਾ ਇੱਕ ਬਹੁਤ ਵੱਡਾ ਦਿਲ ਹੈ ਕਹਿ ਲਓ ਕਿ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਜੰਗਲ 'ਚ ਮੰਗਲ ਹੋ ਜਾਂਦੇ ਨੇ। ਪਰਮਿੰਦਰ ਜੀ ਕਿੰਨੇ ਕੁ ਵਲੰਟੀਅਰ ਤੁਹਾਡੇ ਨਾਲ ਕੰਮ ਕਰ ਰਹੇ ਨੇ ਇਸ ਟਾਈਮ? ਸਾਡੇ ਜੀ ਸਾਡੇ ਦੋ ਸਾਈਡ ਤੇ ਹੈ ਜੀ, ਸ਼ੰਭੂ ਸਿੰਘੂ ਬਾਰਡਰ ਤੇ ਵੀ ਹੈ ਤੇ ਉੱਧਰ ਬਹਾਦਰਗੜ੍ਹ ਵਾਲੇ ਤੇ ਟਿੱਕਰੀ ਜਿਹਨੂੰ ਕਹਿੰਦੇ ਨੇ ਉੱਥੇ ਵੀ ਸਾਡੇ 5-10 ਵਲੰਟੀਅਰ ਉੱਥੇ ਆ, ਤੇ ਇੱਥੇ ਸਾਡੇ ਵਾਧੇ ਘੱਟਦੇ ਰਹਿੰਦੇ ਆ, ਕਦੀ 15 ਹੋ ਜਾਂਦੇ ਆ, ਕਦੀ 10 ਹੋ ਜਾਂਦੇ ਆ, ਇੱਥੇ ਵੀ ਸਾਡੇ ਰੈਗੂਲਰ ਜਿਹੜੇ ਆ ਜੀ। ਅੱਛਾ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਇਹ ਇੱਕ ਸੰਘਰਸ਼ ਜਿਹੜਾ ਹੈ ਆਮ ਲੋਕਾਂ ਦਾ ਸੰਘਰਸ਼ ਹੈ, ਨਿਰੋਲ ਲੋਕਾਂ ਦਾ ਸੰਘਰਸ਼ ਹੈ, ਤੇ ਜਦੋਂ ਫਿਰ ਇਹ ਕਹਿ ਲਓ ਕਿ ਜੋ ਹੁਣ ਇੱਕ ਦੇਖੋ ਕਿ ਜੋ ਕਿਸਾਨ ਹੈ ਉਹ ਬਜ਼ੁਰਗ ਸਾਡੇ ਨੇ, ਤੇ ਉਹ ਬਜ਼ੁਰਗ ਦੀ ਕੇਅਰ ਦੇ ਲਈ ਕੁਝ ਖਾਸ ਇੰਤਜ਼ਾਮ ਕਰ ਰਹੇ ਹੋ ਜਾਂ ਫਿਰ ਕੁਛ ਹੋ ਰਿਹਾ ਉੱਥੇ?
ਨਹੀਂ ਜੀ, ਉੱਥੇ ਸੇਵਾ ਜਿਹੜੀ ਹੈ ਸੰਸਥਾਵਾਂ ਜਿੱਦਾਂ ਅਸੀਂ ਆ ਜਾਂ ਹੋਰ ਵੀ ਸੰਸਥਾਵਾਂ ਨੇ ਉਹ ਜੋ ਕਰ ਸਕਦੀਆਂ ਨੇ, ਬਾਕੀ ਓਦਾਂ ਕੋਈ ਸਰਕਾਰ ਵੱਲੋਂ ਜਾਂ ਹੋਰ ਕਿਸੇ ਵੱਲੋਂ ਕੋਈ ਸਪੈਸ਼ਲ ਨਹੀਂ ਹੈ। ਬਾਕੀ ਸਾਡੇ ਵੱਲੋਂ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਵੀ ਕੰਬਲ ਹੈ ਜਾਂ ਹੁਣ ਅਸੀਂ ਵਾਰਮਰ ਜਿਹੜੇ ਥੱਲੇ ਪਾਉਂਦੇ ਇਨਰ ਜਿਹੜਾ ਪਾਉਂਦੇ ਆ ਸੇਵਾ ਜਿੱਦਾਂ, ਤੇ ਜਿਹੜੀ ਜਿਹੜੀ ਸਮਝ ਆ ਰਹੀ ਹੈ ਓਦਾਂ ਓਦਾਂ ਅਸੀਂ ਕਰਨ ਦੀ ਕੋਸ਼ਿਸ਼ ਕਰਨ ਡੇ ਆ। ਪੇਨ ਵਗੈਰਾ ਜੇ ਗੋਡੇ ਗੋਡੇ ਪੇਟ ਵਾਲੇ ਪੇਨ ਵਾਲੇ ਜਿਹੜੇ ਦਰਦ ਵਾਲੇ ਨੇ ਉਹ ਕਾਫੀ ਬਜ਼ੁਰਗ ਆ ਰਹੇ ਨੇ, ਔਰ ਦੁਖਦਾਈ ਗੱਲ ਹੈ ਕਿ ਇਹੋ ਜਿਹੇ ਬਜ਼ੁਰਗਾਂ ਨੂੰ ਉੱਥੇ ਦੁੱਖ ਸਹਿਣਾ ਪੈ ਰਿਹਾ। ਹਾਲਾਂਕਿ ਮਹਾਰਾਜ ਦੀ ਕਿਰਪਾ ਨਾਲ ਇਹ ਲੋਕ ਜਿਹੜੇ ਨੇ ਸਾਰੇ ਪਿੰਡਾਂ ਦੇ ਰਹਿਣ ਵਾਲੇ ਨੇ ਇਹੋ ਜਿਹੇ ਮਾਹੌਲ ਚ ਰਹਿੰਦੇ ਆ, ਪਰ ਫੇਰ ਵੀ ਸਾਡੇ ਬਜ਼ੁਰਗ ਆ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਭਈ ਏਦਾਂ ਕਿਸਾਨ ਜਿਹੜਾ ਵਾ ਉਹ ਏਦਾਂ ਤਕਲੀਫ ਚ ਨਾ ਹੋਵੇ। ਦੂਜਾ ਵਾ ਜੀ, ਕਿਸਾਨ ਦੇ ਸਾਹਮਣੇ ਜਵਾਨ ਲਾਇਆ ਇਹਨਾਂ ਨੇ, ਕੱਲ ਨੂੰ ਕੋਈ ਝੜਪ ਹੁੰਦੀ ਹੈ ਤੇ ਪਿਓ ਪੁੱਤ ਦੀ ਲੜਾਈ ਦੁਖਦਾਈ ਹੋਏਗੀ। ਬਿਲਕੁਲ ਜੀ, ਪੰਜਾਬ ਇਹ ਜੋ ਮਾਹੌਲ ਉੱਥੇ ਬੇਗਮਪੁਰਾ ਤੁਹਾਨੂੰ ਦੱਸਿਆ ਵਾ, ਅਗਰ ਉਹਨੂੰ ਵੇਖ ਕੇ ਸਾਡਾ ਦੇਸ਼ ਨਹੀਂ ਅਜੇ ਵੀ ਕੁਛ ਸਿੱਖਿਆ ਤੇ ਫਿਰ ਬਹੁਤ ਦੁਖਦਾਈ ਹੋਏਗਾ ਕਿ ਹਿੰਦੁਸਤਾਨ ਦੀ ਸ਼ਕਲ ਆ ਵਾ। ਉੱਥੇ ਪਿੰਡਾਂ ਵਾਲੇ ਵੀ ਆ ਕੇ ਲੰਗਰ ਉੱਥੇ ਛਕ ਰਹੇ ਨੇ ਜੀ, ਉੱਥੇ ਇੱਕ ਦੂਜੇ ਨੂੰ ਈਵਨ ਕਿ ਵੱਡੀ ਗੱਲ ਵਿੱਚ ਇੱਕ ਮੈਂ ਦੇਖੀ ਕਿ ਪੰਜਾਬ ਨੂੰ ਵੱਡਾ ਭਰਾ ਹਰਿਆਣਾ ਕਹਿਣ ਡਿਆ ਤੇ ਪੰਜਾਬ ਕਹਿੰਦਾ ਮੈਂ ਤੈਨੂੰ ਪਾਣੀ ਏਦਾਂ ਹੀ ਦਊਂਗਾ, ਤੂੰ ਮੇਰਾ ਛੋਟਾ ਭਰਾ ਵਾ। ਉਹ ਕਹਿ ਰਿਹਾ ਜੀ ਮੈਨੂੰ ਤੂੰ ਅੱਧਾ ਪੂਰਾ ਗਲਾਸ ਉਹਨਾਂ ਦੇ ਅੱਧਾ ਦੇ ਦੀ। ਇਹ ਵਾ ਐਕਚੁਲੀ ਇਹ ਵਾ ਸਾਡਾ ਸੱਭਿਆਚਾਰ, ਆਹ ਹਿੰਦੁਸਤਾਨ ਹੀ ਆ ਪੰਜਾਬ ਸੀਗਾ ਜਿਹਨੂੰ ਸਾਡੀਆਂ ਸਰਕਾਰਾਂ ਨੇ ਮਤਲਬ ਇੱਕ ਦੂਜੇ ਵੱਲ ਦੁਸ਼ਮਣਾਂ ਨੂੰ ਵੇਖਦੇ ਸੀ ਬਣਾ ਦਿੱਤਾ ਸੀਗਾ ਔਰ ਬਣਾਇਆ ਹੋਇਆ। ਅੱਜ ਵੀ ਮੇਰੀ ਅਪੀਲ ਹੈ ਕਿ ਬਈ ਜੇ ਕੋਈ ਸੁਣਦਾ ਤੇ ਬਈ ਜਿਹੜਾ ਜੀਣ ਦਾ ਤਰੀਕਾ ਜਿਹੜਾ ਸਾਡੀ ਭਾਈਚਾਰਾ ਉਹ ਅਸੀਂ ਕੋਈ ਵੀ ਕਿਸੇ ਦਾ ਦੁਸ਼ਮਣ ਨਹੀਂ ਹੈ, ਇਹ ਇੱਥੋਂ ਸਿੱਖੋ ਇੱਥੋਂ ਸਮਝੋ। ਇਹ ਛੋਟਾ ਜਿਹਾ ਹਿੰਦੁਸਤਾਨ ਛੋਟਾ ਜਿਹਾ ਪੰਜਾਬ ਹਰਿਆਣਾ ਅੱਜ ਬਣਿਆ ਇੱਕ ਸੜਕ ਤੇ, ਅਗਰ ਇਹ ਪੂਰੀ ਦੁਨੀਆਂ 'ਚ ਲਾਗੂ ਹੋ ਜਾਏ ਤਾਂ ਇਹ ਸਵਰਗ ਹੈ ਇਹ ਧਰਤੀ ਜਿਹੜੀ ਹੈ। ਅੱਛਾ, ਜਦੋਂ ਆਪਾਂ ਹੁਣ ਗੱਲ ਕਰੀਏ ਕਿ ਅਮਿਤ ਸ਼ਾਹ ਨੇ ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ ਨਾਲ ਫੋਨ ਤੇ ਗੱਲਬਾਤ ਜਿਹੜੀ ਕੀਤੀ ਹੈ, ਇਹਨੂੰ ਕਿਵੇਂ ਦੇਖਦੇ ਹੋ ਕਿ ਇੱਕ ਵਾਰ ਫੇਰ ਦੁਬਾਰਾ ਤੋਂ ਗੱਲ ਹੋਣ ਜਾ ਰਹੀ ਹੈ, 6ਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਗੱਲਬਾਤ ਹੋਣ ਜਾ ਰਹੀ ਹੈ ਕੋਈ? ਹਾਂਜੀ, ਇਹਦੇ ਬਾਰੇ ਮੈਂ ਕੋਈ ਜ਼ਿਆਦਾ ਨਹੀਂ ਕਹਿ ਦਵਾਂਗਾ ਕਹਿ ਸਕਦਾ, ਪਰ ਇੱਕ ਮੈਨੂੰ ਇਹ ਜ਼ਰੂਰ ਜਿਹੜੀ ਮੈਨੂੰ ਅੰਦਰ ਫੀਲ ਹੋਈ ਹੈ ਕਿ ਭਈ ਜਿਹੜੀ ਸਰਕਾਰ ਜਿਹੜਾ ਕਾਨੂੰਨ ਲਾਉਣ ਤੋਂ ਬਾਅਦ ਕਿਸੇ ਦੀ ਗੱਲ ਸੁਣਦੀ ਨਹੀਂ ਸੀ, ਉਹ ਇਹ ਭੋਲੇ ਭਾਲੇ ਕਹਿੰਦੇ ਆ ਨਾ ਕਿ ਚਾਤੁਰ ਨਾ ਚਤੁਰ ਭੁਜ ਪਾਈ ਹੈ ਗੁਰਬਾਣੀ ਚ ਕਹਿੰਦੇ ਆ, ਭੋਲੇ ਭਾਵ ਮਿਲੇ ਦਾ ਗੁਰਾਇਆ, ਤੇ ਇਹ ਭੋਲਿਆਂ ਦੇ ਵਿੱਚ ਰੱਬ ਆ ਕੇ ਵਸਿਆ ਕਿ ਸਰਕਾਰ ਇਹਨਾਂ ਦੀ ਗੱਲ ਵੀ ਸੁਣ ਰਹੀ ਆ ਔਰ ਅਮੈਂਡਮੈਂਟ ਤੱਕ ਵੀ ਆ ਗਈ ਆ ਜੀ। ਤੇ ਚੰਗੀ ਗੱਲ ਹੈ ਸਰਕਾਰ ਅਗਰ ਸ਼ੁਰੂਆਤ ਕਰੇ ਤੇ ਇਹ, ਮੈਂ ਜਿੱਦਾਂ ਕਿਹਾ ਸੀ ਕਿ ਕਿਸਾਨ ਤੇ ਜਵਾਨ ਆਹਮਣੇ ਸਾਹਮਣੇ ਖੜੇ ਨਾ ਹੋਣ ਇਹ ਬੜੀ ਦੁਖਦਾਈ ਹੋਏਗਾ। ਇੱਕ ਪ੍ਰਧਾਨ ਮੰਤਰੀ ਨੇ ਜੈ ਜਵਾਨ ਜੈ ਕਿਸਾਨ ਕਿਹਾ ਸੀ, ਤੇ ਅਗਰ ਅੱਜ ਆਹਮਣੋ ਸਾਹਮਣੇ ਕੋਈ ਖੜੇ ਕਰ ਦਿੰਦਾ ਤੇ ਉਹ ਸਰਕਾਰ ਵਾਸਤੇ ਵੀ ਮੇਰੇ ਖਿਆਲ ਸ਼ਰਮ ਦੀ ਗੱਲ ਹੋਏਗੀ, ਚੰਗੀ ਗੱਲ ਨਹੀਂ ਹੋਊਗੀ। ਸਰਕਾਰ ਜਿਹੜੀ ਇਸ ਟਾਈਮ ਇੱਕ ਮਾਤਾ ਪਿਤਾ ਦਾ ਫਰਜ਼ ਨਿਭਾਉਂਦੀ ਹੈ ਆਪਣੀ ਕੰਟਰੀ ਦੇਸ਼ ਵਾਸਤੇ, ਤੇ ਇਹਨਾਂ ਨੂੰ ਜ਼ਰੂਰ ਜਿੱਦ ਛੱਡ ਕੇ ਤੇ ਗੱਲ ਕਰਨੀ ਚਾਹੀਦੀ ਹੈ ਜੀ, ਇਹਨਾਂ ਨੂੰ ਨਿਬੇੜਨਾ ਚਾਹੀਦਾ, ਚੰਗੀ ਗੱਲ ਨਹੀਂ। ਇਹਦੇ ਵਿੱਚ ਨਰੋਲ ਭਲੇ ਮਾਨਸ ਲੋਕ ਜਿਹੜੇ ਪਿੰਡਾਂ ਦੇ ਨੇ ਉਹ ਹੀ ਹੈ, ਇਹਨੂੰ ਕਹਿਣਾ ਕਿ ਇਹਦੇ ਅੰਦਰ ਉਹ ਆ ਗਿਆ ਇਹ ਆ ਗਿਆ ਇਹ ਗਲਤ ਹੈ ਜੀ। ਅਗਰ ਇਹ ਕਿਸੇ ਪਾਸੇ ਗੱਲ ਨਹੀਂ ਲੱਗਦੀ ਤੇ ਸਾਡੇ ਹਿੰਦੁਸਤਾਨ ਵਾਸਤੇ ਬਹੁਤ ਹੀ ਮਤਲਬ ਦੁਖਦਾਈ ਗੱਲ ਹੈ। ਠੀਕ ਹੈ, ਭੁੱਲ ਜਾਣਾ ਚਾਹੀਦਾ ਕਿ ਇੱਥੇ ਕੋਈ ਜਿਹਨੂੰ ਕਹਿੰਦੇ ਆ ਕਿ ਗੁਲਦਸਤਾ ਆ ਜੀ ਫਿਰ ਖਰਾਬ ਹੋਣ ਦਾ ਡਰ ਹੈ। ਅੱਛਾ, ਕੱਲ ਦੀ ਮੀਟਿੰਗ ਨੂੰ ਕਿਵੇਂ ਦੇਖਦੇ ਹੋ ਕਿ ਕੋਈ ਸਾਡੇ ਲਈ ਇੱਕ ਚੰਗੀ ਖਬਰ ਆਏਗੀ ਜਾਂ ਨਹੀਂ? ਦੇਖੋ ਜੀ, ਉੱਡਦੀਆਂ ਖਬਰਾਂ ਤੇ ਕੁਛ ਹੋਰ ਹੈ, ਜਿਵੇਂ NDTV ਇੰਡੀਆ ਦੇ ਉੱਤੇ ਕੋਈ 20 ਬੰਦੇ ਬਿਠਾ ਕੇ ਇਹਨਾਂ ਨੇ ਕਹਿਤਾ ਕਿ ਹਰਿਆਣੇ ਦੀ ਸਰਕਾਰ ਜਿਹੜੀ ਆ ਹਰਿਆਣੇ ਦੇ ਕਿਸਾਨ ਜਿਹੜੇ ਨੇ ਉਹ ਜੀ ਉਹਨਾਂ ਨੂੰ 10-15 ਬੰਦੇ ਬਿਠਾਏ, ਉਹਨਾਂ ਨੂੰ ਚਾਰ ਜਥੇਬੰਦੀਆਂ ਕਈ ਕਿਹਾ ਗਿਆ ਕਿ ਇਹ ਐਗਰੀ ਨੇ ਇਹ ਐਗਰੀ ਨੇ ਤੇ ਉਹ ਐਗਰੀ ਕਿਉਂ ਨਹੀਂ ਹੈ, ਤੇ ਇਹਨੂੰ ਵੇਂਦਿਆ ਹੋਇਆ ਤੇ ਉਹਨਾਂ ਦਾ ਇਸ਼ਾਰਾ ਜਿਹੜਾ ਵਾ ਉਹ ਚੰਗੇ ਪਾਸੇ ਤੋਂ ਨਹੀਂ ਹੈ ਜੀ। ਬਾਕੀ ਅਸੀਂ ਤੇ ਅਰਦਾਸ ਕਰ ਰਹੇ ਹਾਂ, ਉਮੀਦ ਕਰ ਰਹੇ ਹਾਂ ਕਿ ਬਈ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹ ਅੱਧਾ ਹਿੰਦੁਸਤਾਨ ਇਕੱਠਾ ਹੋ ਜਾਏ ਤਾਂ ਵੀ ਕਹਿ ਦਿੰਦੇ ਨੇ ਕਿ ਵੀ ਇਹ ਅਸਲੀ ਲੋਕ ਨੀ ਨੇ ਦੂਜੇ ਲੋਕ ਨੇ ਜੀ। ਅੱਛਾ, ਪ੍ਰੋਬਲਮ ਸੜਕ ਤੇ ਬਹਿ ਗਿਆ ਜੀ ਤੇ ਤਾਂ ਵੀ ਸਾਨੂੰ ਸਮਝ ਨੀ ਆਉਣ ਰਹੀ ਵੀ ਹੋਰ ਕਿਸਾਨ ਕਿੱਦਾਂ ਦਾ ਹੋਏਗਾ
जी अच्छा लगातार यही गल है ना, ये प्रॉब्लम यही है कि संघर्ष नूं तार पिटो करन दे लई कदी कहा जाता है कि खालिस्तानी ने, कदी कहा जाता है कि ये वो ने अतवादी ने, इन्हां नूं मतलब तुसीं देखो कि कितने ना कितने सरकारां जिहड़ियां ने वो चाहुंदियां ने कि मसले का हल हो जाए। कल आपां देखिया कि उन्होंने लॉ मिनिस्टर आके कहिंदे ने कि असीं भी उही कर रहे हैं जो कांग्रेस कर रही है, असीं कुछ नवां नहीं कर रहे, फिर रौला किस गल का। देखो जी जे कांग्रेस उही कुछ कर रही सी इस करके कांग्रेस बदली गई, हुण जे तुसीं इह करोगे तो फिर शायद तुसीं भी बदले जाओगे, इहदे उत्ते की कहना है जी? जब तक अही हूं बचपन तो ही देख रहे हैं कि एक सरकार जी दूजे सरकार से एक मंत्री दूजे मंत्री से इलेक्शन लाता ही आदि बारे कुछ माड़ा चंगा बोलता चाहे हो गए ना हो गए, क्योंकि यही रोल है सरकार का नेता का। दुखदाई है इतने तरह तरह के लोगों मैं पहले कह चुके हैं कह देना कि ये आ गया वो आ गया, इस कोई नहीं आया। जे योजा आया हों तो हूं कोई उन्हें खप पाई होनी सी, ये तो आराम ना बैठे ने आप ही एक दूजे नु लंगर वंडन डे ने। मैं तुहानू तीजी वारी कह रहा कि बेगमपुरे वर्गी उत्थे सी बिलकुल प्यार दिख रहा जी, मेनू तो दिख रहा जी उत्थे प्यार दिख रहा वा, भी कोई भी एक दूजे नु अपनी जेबों देन डिया वा, कोई खो नहीं डिया उत्थे जी। ते मतलब वो मोना होवे कोना होवे सिख होए मुसलमान होए टोपी होवे वो गल दूजी है, सानू हम दिखाना पै रहा भी मैं पग बनी है दूजे नु टोपी पानी पै रही मेरा भाईचारा दिखे भी मेरा भाईचारा सेवा कर रहा है। ये भी इत्थे बनाया गया पहले ऐसा नहीं थी, हुण की है कि हर एक नु दिखाना पैंदा कि मेरी आ पहचान है मैं इस धर्म मैं तो मैं सेवा कर रहा सेवा कर रहा, कोई चंगी गल नहीं है। असर करना चाहिए वा, अगर मेरे मन की तमन्ना है कि अगर मेरे देश वासी मेरे भरा मेरे वड्डे मेरे जो इथों सीख के ये मॉडल पूरे देश विच लागू कर दें ते ये जिहड़ा वा ये पूरा बेगमपुरा बने ये देश जिहदे विच धुआं उठण डिया वा जी ते भुब्बल दी तरह लगन डे ने देश के हर कोने ते विच ठंड वरतेगी। मेरी बेनती देश वासियां प्यारियां सारन होई है कि अभी मिलजुल के रहिए, क्योंकि महाराज कहते इतने रहना तो किसी ने नहीं है। चलो वड्डिया गल्लां ने गुरबाणी दी सब की समझ नहीं आ रही, पर सच यही है कि जिहड़ा इत्थे हस के इत्थे मिल के एक दूजे नाल जी लिया जी है ना, ओही मेरी बेनती है कि इत्थे सिखिए ते जिद्दां इत्थे लोग रह रहे इदां रहिए। वाकई बहुत बहुत धन्यवाद थोड़ा परमिंदर जी, तुसीं साडे नाल गल्लबात कीती अपना कीमती समय जिहड़ा है वह कढ़िया, बड़ी मेहरबानी जी तुहाडी जी, तुसीं बहुत सेवा कर रहे हो जी सच नूं हर जगह पहुंचाने दी, रेडियो दे थ्रू अपना टीवी दे थ्रू सोशल मीडिया थ्रू तुहाडी बहुत बहुत मेहरबानी, तुहाडे लोकां ते भी बहुत जिम्मेवारी है, महाराज तुहाडी चढ़दी कला रखे जी। धन्यवाद धन्यवाद जी। ए सी यूनाइटेड सिख तो परमिंदर सिंह जी जिहड़े कह रहे ने कि यह निरोल संघर्ष है, आम लोगों का संघर्ष है, सरकार नूं बिना ईगो तो इहनूं सुलझाउण दी लोड़ है। देखते रहो पंजाब मेल यूएसए टीवी।